ਹਾਂਜੀ ਗੇਟਵੇ ਟੂ ਇੰਗਲਿਸ਼ ਚੈਨਲ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦਾ ਹੈ ਬੱਚਿਓ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ 8th ਕਲਾਸ ਦੀ ਇੰਗਲਿਸ਼ ਦੀ ਆਪਣੇ ਕੋਲ ਜਿਹੜੀ ਸੈਸ਼ਨ 2022-23 ਵਾਸਤੇ ਨਿਊ ਵਰਕਬੁੱਕ ਆਈ ਹੈ ਉਸ ਦੀ ਵਰਕਸ਼ੀਟ ਨੰਬਰ 3 ਠੀਕ ਹੈ ਬੇਟਾ ਵਰਕਸ਼ੀਟ ਨੰਬਰ 1 ਐਂਡ ਵਰਕਸ਼ੀਟ ਨੰਬਰ 2 ਆਲਰੇਡੀ ਮੈਂ ਅਪਲੋਡ ਕਰ ਚੁੱਕਾ ਹਾਂ ਇਸ ਚੈਨਲ ਤੇ ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖਿਆ ਤਾਂ ਉਹ ਤੁਸੀਂ ਦੇਖ ਕੇ ਆਪਣੀ ਵਰਕਸ਼ੀਟ ਨੰਬਰ 1 ਐਂਡ 2 ਵਰਕ ਬੁੱਕ ਦੇ ਵਿੱਚ ਫਿਲ ਕਰ ਸਕਦੇ ਹੋ ਇਸ ਵੀਡੀਓ ਚ ਆਪਾਂ ਡਿਸਕਸ ਕਰਾਂਗੇ ਵਰਕਸ਼ੀਟ ਨੰਬਰ 3 ਵਰਕਸ਼ੀਟ ਨੰਬਰ 3 ਦੀ ਐਜਡ ਮਦਰ ਲੈਸਨ ਆਪਣੇ ਕੋਲ ਹੈਗਾ ਬੇਟਾ ਇਸ ਨਾਲ ਰਿਲੇਟਡ ਹੈਗੀ ਹੈ ਇਹ ਆਓ ਸ਼ੁਰੂ ਕਰਦੇ ਹਾਂ ਜੋ ਪਹਿਲਾ ਹੀ ਕੁਐਸਚਨ ਇਸ ਦੇ ਵਿੱਚ ਦਿੱਤਾ ਗਿਆ ਹੈ ਪਹਿਲੀ ਐਕਸਰਸਾਈਜ਼ ਆਪਣੇ ਕੋਲ ਹੈਗੀ ਹੈ మేక్ ਸੈਂਟੈਂਸਸ ਠੀਕ ਹੈ ਵਰਡਸ ਦਿੱਤੇ ਹੋਏ ਨੇ मीनिंग ਇਨ ਇੰਗਲਿਸ਼ ਹੈ मीनिंग ਇਨ ਪੰਜਾਬੀ ਹੈ ਠੀਕ ਹੈ ਵੀ ਆਰ ਜਸਟ ਟੂ ਫਰੇਮ ਸੈਂਟੈਂਸਸ ਸੋ ਫਰਸਟ ਵਰਡ ਹੈ ਡੈਸਪੋਟਿਕ ਜਿਸ ਦਾ मीनिंग ਹੈ ਤਾਨਾਸ਼ਾਹ ਠੀਕ ਹੈ ਇਸ ਦਾ ਸੈਂਟੈਂਸ ਤੁਸੀਂ ਲਿਖ ਸਕਦੇ ਹੋ ਹੀ ਵਾਸ ਅ ਡਿਸਪੋਟਿਕ ਲੀਡਰ ਹੀ ਵਾਸ ਅ ਡਿਸਪੋਟਿਕ ਲੀਡਰ ਨੈਕਸਟ ਵਰਡ ਆਪਣੇ ਕੋਲ ਆ ਗਿਆ ਹੰਮਲ ਮਤਲਬ ਨਿਮਰ ਪੋਲਾਈਟ ਠੀਕ ਹੈ ਹੀ ਇਜ਼ ਵੈਰੀ ਪੋਲਾਈਟ ਬਿਲਕੁਲ ਸਿੰਪਲ ਬਿਲਕੁਲ ਸੌਖੇ ਸੌਖੇ ਜਿਹੇ ਸੈਂਟੈਂਸਿਸ ਤੁਹਾਡੇ ਲਈ ਲਿਖੇ ਗਏ ਨੇ ਸੋ ਨਾਲ ਦੀ ਨਾਲ ਫਿਲ ਕਰਦੇ ਚੱਲੋ ਤੁਸੀਂ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਸ਼ੇਅਰ ਕਰ ਦੇਣਾ ਜੇਕਰ ਚੈਨਲ ਤੇ ਨਵੇਂ ਹੋ ਬੇਟਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਇਸ ਚੈਨਲ ਦੇ ਉੱਪਰ ਤੁਹਾਨੂੰ ਤੁਹਾਡੀ ਸਾਰੀ ਵਰਕਬੁੱਕ ਜੋ ਹੈ ਸੋਲਵ ਕਰਵਾਈ ਜਾ ਰਹੀ ਹੈ ਸੋ ਬਤਵਤੇ ਸ਼ੇਅਰ ਕਰਨਾ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਸਾਰੇ ਸਟੂਡੈਂਟਸ ਇਸ ਦਾ ਲਾਭ ਲੈ ਸਕਣ ਤੀਸਰਾ ਆਪਣੇ ਕੋਲ ਵਰਡ ਹੈ ਗਿਆ ਰੈਕਲਸ ਮਤਲਬ ਕਿ ਲਾਪਰਵਾਹ ਆਈ ਐਮ ਨਾਟ ਰੈਕਲਸ ਇਹ ਸੈਂਟੈਂਸ ਬਣ ਗਿਆ ਠੀਕ ਹੈ ਥੈਨ ਫੇਲਿੰਗ ਹੈ ਅਸਫਲ ਇਸ ਦਾ ਸੈਂਟੈਂਸ ਆਪਾਂ ਲਿਖ ਸਕਦੇ ਹਾਂ ਹੀ ਹੈਜ਼ ਸਮ ਫੇਲਿੰਗਸ ਮਤਲਬ ਉਸ ਦੀਆਂ ਕੁਝ ਅਸਫਲਤਾਵਾਂ ਹਨ ਬਾਰਬਰਸ ਬਾਰਬਰਸ ਮਤਲਬ ਵਹਿਸ਼ੀ ਇਨ ਇੰਗਲਿਸ਼ क्रੂਅਲ ਠੀਕ ਹੈ ਬਾਰਬਰਸ ਮੀਨਸ cruel aur vaishi theek hai vaishi he was a barbarous king is sentence ho gaya apna then blaze blaze matlab flames yani ki agdiyan lapta he was blazing with anger oh gusse nal jo hai lal pila ho reha si theek hai agdiyan lapta wangu jo hai gusse nal oh ho reha si then abolish abolish matlab put an end to kisi cheez nu khatam kar dena samapt kar dena द ਲੋ ਵੋਜ ਐਬੋਲਿਸਟ ਕਾਨੂੰਨ ਨੂੰ ਖਤਮ ਕਰ ਦਿੱਤਾ ਗਿਆ ਫ੍ਰੇਲਟੀ ਮਤਲਬ ਵੀਕਨੈਸ ਯਾਨੀ ਕਿ ਕਮਜ਼ੋਰੀ ਆਈ ਨੋ ਯੋਰ ਫ੍ਰੇਲਟੀ ਮੈਂ ਤੁਹਾਡੀ ਕਮਜ਼ੋਰੀ ਨੂੰ ਜਾਣਦਾ ਹਾਂ ਵਿਦਆਊਟ ਵਰਡ ਐ ਨੈਕਸਟ ਹੈਵਿੰਗ ਲੋਸਟ ਅ ਹਸਬੰਡ অর ਵਾਈਫ ਠੀਕ ਹੈ ਥਰੂ ਡੈਥ ਕਿਸੇ ਵੀ ਕਿਸੇ ਵਿਅਕਤੀ ਦੀ ਜੇਕਰ ਪਤਨੀ ਦੀ ਡੈਥ ਹੋ ਗਈ ਹੋਵੇ ਜਾਂ ਪਤਨੀ ਜਾਂ ਉਸਦੇ ਪਤੀ ਦੀ ਡੈਥ ਹੋ ਗਈ ਹੋਵੇ ਉਸ ਨੂੰ ਵਿਦਆਊਟ ਕਿਹਾ ਜਾਂਦਾ ਹੈ ਵਿਧਵਾ ਜਾਂ ਰੰਡਵਾ ਵਰਡ ਆਪਾਂ ਇਸ ਲਈ ਯੂਜ਼ ਕਰ ਸਕਦੇ ਹਾਂ ਹੀ ਲਵਡ ਹਿਸ ਵਿਦਆਊਟ ਮਦਰ ਉਹ ਆਪਣੀ ਵਿਧਵਾ ਮਾਂ ਨੂੰ ਪਿਆਰ ਕਰਦਾ ਸੀ ਨੈਸਟ ਵਰਡ ਹੈ ਪ੍ਰੌਮਪਟ ਪ੍ਰੇਰਿਤ ਕੀਤਾ ਪ੍ਰਾਈਡ ਪ੍ਰੌਮਪਟਿਡ ਹਿਮ ਟੂ ਫਾਈਟ ਕਮਾਂਡਰ ਨੇ ਉਸ ਨੂੰ ਲੜਨ ਲਈ ਪ੍ਰੇਰਿਤ ਕੀਤਾ ਪ੍ਰਾਈਡ ਪੀ ਆਰ ਆਈ ਡੀ ਪ੍ਰਾਈਡ ਇੱਥੇ ਪ੍ਰੌਮਪਟਿਡ ਪੀ ਆਰ ਓ ਐਮ ਪੀ ਈ ਪੀ ਟੀ ਈ ਡੀ ਪ੍ਰੌਮਪਟਿਡ ਹਿਮ ਟੂ ਫਾਈਟ ਐਫ ਆਈ ਜੀ ਐਸ ਟੀ ਫਾਈਟ ਸਪੈਲਿੰਗਸ ਮੈਂ ਤਾਂ ਬੋਲੀਏ ਥੋੜਾ ਜਿਹਾ ਇੱਥੇ ਲਾਈਟ ਸੀਗਾ ਇਹ ਠੀਕ ਹੈ ਲਿਖ ਲਓ ਇਸ ਨੂੰ ਤੁਸੀਂ ਨੈਕਸਟ ਆਪਣੇ ਕੋਲ ਹੈਗੇ ਕਵੈਸਚਨਸ ਨੇ ਵਾਟ ਡਿਡ ਦੀ ਡੈਸਪੋਟਿਕ ਲੀਡਰ ਡਿਸਲਾਈਕ ਉਹ ਜਿਹੜਾ ਤਾਨਾਸ਼ਾਹ ਸੀਗਾ ਸ਼ਾਸਕ ਉਹ ਕਿਸ ਕੀ ਚੀਜ਼ ਪਸੰਦ ਨਹੀਂ ਕਰਦਾ ਸੀ ਹੀ ਡਿਸਲਾਈਕਡ ਐਨੀਥਿੰਗ ਸਜੈਸਟਿਵ ਆਫ ਫੇਲਿੰਗ ਹੈਲਥ ਐਂਡ ਸਟਰੈਂਥ S T R E N G T H ਸਟਰੈਂਥ ਠੀਕ ਹੈ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਜੋ ਸੇਤ ਅਤੇ ਸਟਰੈਂਥ ਐਨ ਦੇਨ ਉਹ ਵਾਸਤੇ ਸੁਝਾਅ ਦੇਣ ਲਈ ਫੇਲ ਹੁੰਦੀ ਸੀ ਅਸਫਲ ਹੁੰਦੀ ਸੀ ਉਸ ਤਰ੍ਹਾਂ ਦੀ ਚੀਜ਼ ਉਸ ਨੂੰ ਵਧੀਆ ਨਹੀਂ ਲੱਗ ਸਕਦੀ ਸੀ ਠੀਕ ਹੈ ਉਸ ਨੂੰ ਪਸੰਦ ਨਹੀਂ ਕਰਦਾ ਸੀ ਠੀਕ ਹੈ ਸੇਤ ਅਤੇ ਸ਼ਕਤੀ ਨਾਲ ਕੋਈ ਸਮਝੌਤਾ ਨਹੀਂ ਸੁਸਦਾ then what was the cruel announcement made by the leader leader ਦੁਆਰਾ ਕੀ ਜਿਹੜੀ ਹੈਗੀ क्रूर ਅਨਾਉਂਸਮੈਂਟ ਕੀਤੀ ਗਈ ਸੀ ਹੀ ਆਰਡਰਡ ਟੂ ਪੁੱਟ ਆਲ ਦੀ 에ਜਡ ਪੀਪਲ ਟੂ ਡੈਥ ਉਸਨੇ ਇਹ ਹੁਕਮ ਜਾਰੀ ਕੀਤਾ ਕਿ ਜਿੰਨੇ ਵੀ ਏਜਡ ਲੋਕ ਨੇ ਬਜ਼ੁਰਗ ਲੋਕ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਨੈਕਸਟ ਵੇਅਰ ਡਿਡ ਦਾ ਪੂਅਰ ਫਾਰਮਰ ਐਂਡ ਹਿਸ ਏਜਡ ਮਦਰ ਲਿਵ ਇਨ ਦਾ ਪ੍ਰੋਵਿੰਸ ਉਸ ਰਿਆਸਤ ਵਿੱਚ ਉਹ ਗਰੀਬ ਕਿਸਾਨ ਅਤੇ ਉਸ ਦੀ ਮਾਤਾ ਜੀ ਕਿੱਥੇ ਰਹਿੰਦੇ ਸਨ ਦੇ ਲਿਵਡ ਐਟ ਦਾ ਫੂਟ ਆਫ ਅ ਮਾਊਂਟੇਨ ਉਹ ਇੱਕ ਪਹਾੜੀ ਦੇ ਹੇਠਾਂ ਮਤਲਬ ਪੈਰ ਪਹਾੜੀ ਦੇ ਪੈਰ ਵਿੱਚ ਰਹਿੰਦੇ ਸੀ ਮਤਲਬ ਯਾਨੀ ਕਿ ਪਹਾੜੀ ਦੇ ਬਿਲਕੁਲ ਨੀਵੇਂ ਸਥਾਨ ਸੀ ਜਿਹੜਾ ਹੇਠਲਾ ਪਾਸਾ ਸੀਗਾ ਪਹਾੜੀ ਦਾ ਉੱਥੇ ਰਹਿੰਦੇ ਸਨ ਵਾਟ ਡਿਡ ਦੀ ਮਦਰ ਵਾਟ ਡਿਡ ਦਾ ਮਦਰ ਡ੍ਰੋਪ ਅਲੋਂਗ ਦਾ ਵੇ ਰਸਤੇ ਵਿੱਚ ਮਾਤਾ ਨੇ ਕੀ ਸੁੱਟਿਆ ਸ਼ੀ ਡ੍ਰੋਪਡ ਟਵਿਗਜ਼ ਅਲੋਂਗ ਦਾ ਵੇ ਉਸਨੇ ਜੋ ਹੈ ਰਸਤੇ ਦੇ ਵਿੱਚ ਕੀ ਸੁੱਟਿਆ ਬੇਟਾ ਰਸਤੇ ਵਿੱਚ ਉਸਨੇ ਕੀ ਸੁੱਟਿਆ ਟਵਿਗਜ਼ ਟਵਿਗਜ਼ ਦਾ ਮਤਲਬ ਕੀ ਹੁੰਦਾ ਹੈ ਟਾਣੀਆਂ ਠੀਕ ਹੈ ਟਾਣੀਆਂ ਉਸਨੇ ਸੁੱਟੀਆਂ ਨੈਕਸਟ ਦੇਖੋ ਹੂ ਮੇਡ ਅ ਰੋਪ ਆਫ ਐਸ਼ ਫਾਰ ਦਾ ਗਵਰਨਰ ਉਸ ਰਾਜੇ ਵਾਸਤੇ ਕਿਸ ਨੇ ਸਵਾ ਦੀ ਰੱਸੀ ਤਿਆਰ ਕੀਤੀ ਐਸ਼ ਐਸ਼ ਮਤਲਬ ਸਵਾ ਠੀਕ ਹੈ ਦਾ ਪੂਰ ਫਾਰਮ ਗਰੀਬ ਕਿਸਾਨ ਨੇ ਜੋ ਹੈ ਉਹ ਤਿਆਰ ਕੀਤੀ ਸੀ ਦੈਨ ਅ ਡਿਸਪੋਟਿਕ ਲੀਡਰ ਗਵਰਨਡ ਦਾ ਪ੍ਰੋਵਿੰਸ ਆਫ ਜੋ ਇਹ ਡਿਸਪੋਟਿਕ ਲੀਡਰ ਸੀ ਇਹ ਕਿਹੜੀ ਰਾਸਤੇ ਰਾਜ ਕਰਦਾ ਸੀ ਸ਼ਿਨਿੰਗ ਸੀਗੀ ਰਾਸਤ ਤੇ ਜਾਪਾਨ ਵਿੱਚ ਹੈ ਠੀਕ ਹੈ ਸ਼ਿਨਿੰਗ ਇਨ ਜਾਪਾਨ ਨੈਕਸਟ ਕੁਐਸਚਨ ਆਪਣੇ ਕੋਲ ਸੀ ਦੀ ਏਜਡ were abundant on the mountains known as ਇੱਥੇ ਮਾਊਂਟੇਨ ਦਾ ਨਾਮ ਫਿਲ ਕਰਨਾ ਸੀ ਜਿੱਥੇ ਉਸਦੀ ਮਾਤਾ ਜੀ ਬਜ਼ੁਰਗ ਸੀ ਜਿਹੜੀ ਉਸ ਨੂੰ ਛੱਡਣ ਗਿਆ ਸੀਗਾ ਠੀਕ ਹੈ ਸਪੈਲਿੰਗਸ نوٹ ਕਰ ਲਓ O B A T S U Y A M A ਠੀਕ ਹੈ ਉਬਾਰਟਸੀਆਮਾ ਉਬਾਰਟਸੀਆਮਾ ਇਹ ਮਾਊਂਟੇਨ ਦਾ ਨਾਮ ਸੀ ਬੇਟਾ ਠੀਕ ਹੈ ਨੈਕਸਟ ਐਟ ਦਾ ਪੂਰ ਫਾਰਮਰ ਮੇਡ ਅ ਸੌਫਟ ਕੁਸ਼ਨ ਫॉर ਹਿਮਸੈਲਫ ਇਹ ਟ੍ਰੂ ਫਾਲਸ ਦੱਸਣਾ ਸੀ ਕਿ ਕਿਸਾਨ ਨੇ ਗਰੀਬ ਕਿਸਾਨ ਨੇ ਆਪਣੇ ਲਈ ਕੂਸ਼ਨ ਤਿਆਰ ਕੀਤਾ ਤਕੀਆ ਤਿਆਰ ਕੀਤਾ ਇਹ ਫਾਲਸ ਸਟੇਟਮੈਂਟ ਹੈ ਕਿਉਂਕਿ ਉਸਨੇ ਜੋ ਕੂਸ਼ਨ ਤਿਆਰ ਕੀਤਾ ਸੀ ਉਹ ਆਪਣੀ ਮਦਰ ਲਈ ਤਿਆਰ ਕੀਤਾ ਸੀ ਠੀਕ ਹੈ ਨੈਕਸਟ ਆ ਰੋਪ ਆਫ ਐਸ਼ ਵਾਸ ਦ ਸੈਕੰਡ ਡਿਮਾਂਡ ਆਫ ਦ ਡਿਸਪੋਟਿਕ ਲੀਡਰ ਸਵਾਦੀ ਰੱਸੀ ਉਸ ਤਾਨਾਸ਼ਾਹ ਸ਼ਾਸਕ ਦੀ ਦੂਜੀ ਡਿਮਾਂਡ ਸੀ ਇਹ ਟਰੂ ਹੈ ਠੀਕ ਹੈ ਪਹਿਲਾ ਪਹਿਲੀ ਡਿਮਾਂਡ ਉਸ ਦੀ ਕੀ ਸੀ ਕਿ ਜਿੰਨੇ ਵੀ ਏਜਡ ਲੋਕ ਨੇ ਰਾਸ ਦੇ ਵਿੱਚ ਜਿੰਨੇ ਵੀ ਬਜ਼ੁਰਗ ਨੇ ਉਹਨਾਂ ਨੂੰ ਸਾਰਿਆਂ ਨੂੰ ਖਤਮ ਕਰ ਦਿੱਤਾ ਜਾਵੇ ਦੂਸਰੀ ਉਸਨੇ ਮੰਗੇਗੀ ਕੋਈ ਸਵਾਦੀ ਰਾਖ ਦੀ ਯਾਨੀ ਕਿ ਰੱਸੀ ਜੋ ਹੈ ਤਿਆਰ ਕਰਕੇ ਦੇਵੇ ਮੈਚ ਦਾ ਫੋਲੋਇੰਗ ਅ ਪ੍ਰੋਵਿੰਸ ਇਨ ਜਪਾਨ ਜਪਾਨ ਦੀ ਪ੍ਰੋਵਿੰਸ ਦਾ ਨਾਮ ਕੀ ਸੀ ਸ਼ਿਨਿੰਗ ਸੀਗਾ ਮਦਰ ਕੀ ਸੀ ਹੈਲਪਲੈਸ ਸੀ ਠੀਕ ਹੈ ਇੱਕ ਬਚ ਜਾਏਗਾ ਖਾਲੀ ਇਸ ਕਿਸ ਨਾਲ ਮੈਚ ਨਹੀਂ ਹੋਏ ਕਿਉਂਕਿ ਇੱਕ ਸਾਈਡ ਤੇ ਦੋ ਦਿੱਤੇ ਨੇ ਵਰਡ ਇੱਕ ਸਾਈਡ ਤੇ ਜੋ ਹੈ ਤਿੰਨ ਨਹੀਂ ਨੈਕਸਟ ਦੇਖੋ ਕੰਪਲੀਟ ਦਾ ਟੇਬਲ ਵਿਦ ਸਿਨੋਨਿਮਸ ਐਂਡ ਐਂਟੋਨਿਮਸ ਇੱਧਰ ਵਰਡ ਦਿੱਤੇ ਐ ਇੱਥੇ ਆਪਾਂ ਸਿਨੋਨਿਮ ਲਿਖਣੇ ਨੇ ਇੱਧਰ ਐਂਟੋਨਿਮ ਸਿਨੋਨਿਮ ਮਤਲਬ ਸਮਾਨਾਰਥੀ ਸ਼ਬਦ ਬੇਟਾ ਐਂਟੋਨਿਮ ਮਤਲਬ ਵਿਰੋਧੀ ਅਰਥ ਵਾਲੇ ਸ਼ਬਦ। ਦੈਨ ਹੰਬਲ ਵਰਡ ਹੈ ਜਿਸਦਾ ਮਤਲਬ ਹੈ ਮੀਕ, ਵਿਨੰਮਰ ਤੇ ਇੱਧਰ ਇਸ ਦਾ ਐਂਟੋਨਿਮ ਹੋ ਜਾਏਗਾ ਪ੍ਰਾਊਡ ਕਮੰਡੀ। ਤੇ ਨੈਕਸਟ ਵਰਡ ਆਪਣੇ ਕੋਲ ਆ ਗਿਆ ਬਾਰਬਰਸ ਜਿਸਦਾ ਮਤਲਬ ਹੈ क्रੂਅਲ ਯਾਨੀ ਕਿ क्रूर ਤੇ ਇਸ ਦਾ ਐਂਟੋਨਿਮ ਹੋ ਗਿਆ ਦਿਆਲੂ। ਉਸ ਤੋਂ ਬਾਅਦ ਕੰਫਰਟ ਹੈ ਠੀਕ ਹੈ ਸੌਖ, ਆਰਾਮ, ਰਿਲੀਫ ਜਾਂ ਰੈਸਟ ਵਰਡ ਤੁਸੀਂ ਲਿਖ ਸਕਦੇ ਹੋ ਦੋਨਾਂ ਵਿੱਚੋਂ ਕੋਈ ਇੱਕ ਲਿਖ ਲਓ ਤੇ ਗਰੀਫ ਹੋ ਗਿਆ ਦੁੱਖ। ਦੈਨ ਅਬੇ ਅਬੇ ਮਤਲਬ ਅ्ञੇ ਦਾ ਪਾਲਨ ਕਰਨਾ ਕੰਪਲਾਈ ਤੇ ਐਂਟੋਨਿਮ ਹੋ ਗਿਆ ਇਸ ਦਾ ਬੇਟਾ ਡਿਸ obey then peaceful peaceful ਦਾ ਮਤਲਬ ਸ਼ਾਂਤੀ ਨਾਲ ਭਰਿਆ ਹੋਇਆ ਬਿਲਕੁਲ ਸ਼ਾਂਤ c l m ਕਾਮ ਤੇ ਇਸ ਦਾ ਅਪੋਜ਼ਿਟ ਹੋ ਗਿਆ noisy then ਇੱਕੋ ਜਿਹਾ ਆਪਾਂ ਨੂੰ ਹਿੰਟਸ ਦਿੱਤੇ ਗਏ ਨੇ ਠੀਕ ਹੈ 에이지ਡ ਮਦਰ ਦੀ ਜਿਵੇਂ ਆਪਾਂ ਨੇ ਸਟੋਰੀ ਪੜ੍ਹੀ ਹੈ ਉਸ ਦੇ ਬੇਸਿਸ ਤੇ ਆਪਾਂ ਨੇ ਇਹ ਦੇਖਣਾ ਹੈ ਕਿ the role of a mother in a family ਇੱਕ ਪਰਿਵਾਰ ਦੇ ਵਿੱਚ ਮਦਰ ਦਾ ਕੀ ਰੋਲ ਹੁੰਦਾ ਹੈ ਇਹ ਆਪਣੇ ਕੋਲ ਹਿੰਟਸ ਦਿੱਤੇ ਗਏ ਨੇ ਇਹਨਾਂ ਹਿੰਟਸ ਦੀ ਵਰਤੋਂ ਕਰਦੇ ਹੋਈ ਆਪਾਂ ਜੋ ਹੈ ਮਦਰ ਦਾ ਰੋਲ ਜੋ ਹੈ ਦੱਸਣਾ ਹੈ ਠੀਕ ਹੈ ਆਓ ਆਪਾਂ ਇੱਥੇ ਚੱਲਦੇ ਆ ਇਹ ਲਿਖਣਾ ਤੁਸੀਂ ਠੀਕ ਹੈ ਅ ਮਦਰ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਅ ਫੈਮਿਲੀ ਇੱਕ ਪਰਿਵਾਰ ਵਿੱਚ ਮਾਤਾ ਜੋ ਹੈ ਇੱਕ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਸ਼ੀ ਸੈਟਸ ਰੂਲਸ ਐਂਡ ਬਾਉਂਡਰੀਜ਼ ਵਿਦ ਦਾ ਫੈਮਿਲੀ ਮੈਂਬਰਸ ਉਹ ਪਰਿਵਾਰਿਕ ਮੈਂਬਰਾਂ ਨਾਲ ਮਿਲ ਕੇ ਪਰਿਵਾਰ ਲਈ ਕੁਝ ਜੋ ਹੈ ਨਿਯਮ ਅਤੇ ਕਾਇਦੇ ਮਤਲਬ ਬਾਉਂਡਰੀਜ਼ ਉਸਨੇ ਸੀਮਾਵਾਂ ਜੋ ਹੈ ਨਿਸ਼ਚਿਤ ਕਰਦੀ ਹੈ she is the strongest individual of the family ਉਹ ਪਰਿਵਾਰ ਦੀ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਜੋ ਹੈ ਹੁੰਦੀ ਹੈ ਪਰਸਨ ਹੁੰਦੀ ਹੈ ਠੀਕ ਹੈ ਸ਼ੀ ਇਜ਼ ਕਾਲਡ ਹੋਮ ਮੇਕਰ ਉਸ ਨੂੰ ਹੋਮ ਮੇਕਰ ਕਿਹਾ ਜਾਂਦਾ ਹੈ ਘਰ ਨੂੰ ਬਣਾਉਣ ਵਾਲੀ ਕਿਹਾ ਜਾਂਦਾ ਹੈ ਸ਼ੀ ਇਜ਼ ਆਲਵੇਜ਼ ਫਰੈਂਡਲੀ ਉਹ ਹਮੇਸ਼ਾ ਦੋਸਤਾਨਾ ਰਹਿੰਦੀ ਹੈ ਐਂਡ ਸਪੋਰਟਿਵ ਅਤੇ ਹਮੇਸ਼ਾ ਸਹਾਰਾ ਦੇਣ ਵਾਲੀ ਹੁੰਦੀ ਹੈ ਸਪੋਰਟ ਕਰਨ ਵਾਲੀ ਹੁੰਦੀ ਹੈ ਸ਼ੀ ਗਿਵਜ਼ ਅਨਕੰਡੀਸ਼ਨਲ ਲਵ ਉਹ ਹਮੇਸ਼ਾ ਜੋ ਹੈ अनकंडीशनल लव ਦਿੰਦੀ ਹੈ ਆਪਣੇ ਫੈਮਿਲੀ ਮੈਂਬਰਸ ਨੂੰ ਸ਼ੀ ਪਲੇਜ਼ ਰੋਲ ਆਫ ਕਾਉਂਸਲਰ ਐਂਡ ਅ ਗਾਈਡ ਐਸ ਵੈਲ ਉਹ ਜੋ ਹੈ ਕਾਉਂਸਲਰ ਦਾ ਰੋਲ ਵੀ ਅਦਾ ਕਰਦੀ ਹੈ ਤੇ ਗਾਈਡ ਦਾ ਰੋਲ ਵੀ ਅਦਾ ਕਰਦੀ ਦੋਨੋਂ ਰੋਲ ਅਦਾ ਕਰਦੀ ਹੈ ਠੀਕ ਹੈ ਆਪਣਾ ਮਾਰਗਦਰਸ਼ਨ ਕਰਦੀ ਹੈ ਪਰਿਵਾਰਕ ਮੈਂਬਰਾਂ ਦਾ ਸ਼ੀ ਇਜ਼ ਅ ਟਾਈਮਲੈਸ ਟੀਚਰ ਟਾਈਮਲੈਸ ਟੀਚਰ ਹੈ ਯਾਨੀ ਕਿ ਉਸ ਦਾ ਕੋਈ ਟਾਈਮਿੰਗਸ ਨਹੀਂ ਹੈਗੀ ਵੀ 6 ਘੰਟੇ ਪੜਾਉਣਾ ਹੈ ਉਹ ਹਰ ਟਾਈਮ ਪੜਾਉਂਦੀ ਹੀ ਰਹਿੰਦੀ ਹੈ ਠੀਕ ਹੈ ਕੁਝ ਨਾ ਕੁਝ ਸਿਖਾਉਂਦੀ ਰਹਿੰਦੀ ਹੈ ਆਪਣੇ ਪਰਿਵਾਰਕ ਮੈਂਬਰਾਂ ਨੂੰ ਸ਼ੀ ਇਜ਼ ਕਪੇਬਲ ਆਫ ਫਰਗਿਵਿੰਗ ਐਨੀ ਰੋਂਗ ਡੂਇੰਗ ਕਿਸੇ ਵੀ ਗਲਤ ਕੰਮ ਨੂੰ ਕੰਮ ਵਾਸਤੇ ਮਾਫ ਕਰਨ ਲਈ ਜੋ ਹੈ ਹਮੇਸ਼ਾ ਸਮਰੱਥ ਹੁੰਦੀ ਹੈ ਸ਼ੀ ਕੀਪਸ ਦਾ ਫੈਮਿਲੀ ਆਰਗੇਨਾਈਜ਼ਡ ਤੇ ਉਹ ਪਰਿਵਾਰ ਨੂੰ ਹਮੇਸ਼ਾ ਜੋੜ ਕੇ ਰੱਖਦੀ ਹੈ ਸੋ ਇਹ ਸੀ ਮਦਰ ਦਾ ਰੋਲ ਉਸ ਤੋਂ ਬਾਅਦ ਹੈ ਫਿਲ ਇਨ ਦਾ ਬਲੈਂਕਸ ਵਿਦ ਫੈਲਪ ਆਫ ਦਾ ਫਲੋਇੰਗ ਡਿਟਰਮੀਨਰਸ ਡਿਟਰਮੀਨਰਸ ਦੀ ਹੈਲਪ ਨਾਲ ਆਪਾਂ ਨੇ ਫਿਲ ਕਰਨਾ ਹੈ ਬੇਟਾ ਆ ਡਿਟਰਮੀਨਰਸ ਦਿੱਤੇ ਗਏ ਨੇ ਮਚ ਐਨੀ ਮਾਈ ਅ ਸਮ ਐਂਡ ਦਾ ਇਹਨਾਂ ਦੀ ਹੈਲਪ ਨਾਲ ਜੋ ਬਲੈਂਕਸ ਦੇ ਵਿੱਚ ਫਿਲ ਕਰਨਾ ਹੈ ਡੋਨਟ ਥਿੰਕ ਅਬਾਊਟ ਇਟ ਟੂ ਮੱਚ ਮੱਚ ਇਸ ਤੇ ਵਿੱਚ ਫੀਲ ਕਰ ਦਾਂਗੇ ਆਪਾਂ ਆਈ ਵਾਂਟ ਟੂ ਹੈਵ ਸਮ ਮਿਲਕ ਇਜ਼ देयर ਐਨੀ ਮਿਲਕ ਇਨ ਦਾ ਕਿਚਨ ਹੀ ਇਜ਼ ਦਾ ਬੋਏ ਹੂ ਹੈਜ਼ ਵਨ ਦਾ ਪ੍ਰਾਈਜ਼ ਮਾਈ ਫਾਦਰ ਇਜ਼ ਐਨ ਓਨੈਸਟ ਮੈਨ ਹੀ ਇਜ਼ ਅ ਵਨ ਆਈਡ ਮੈਨ ਠੀਕ ਹੈ ਤੇ ਇਹ ਫੀਲ ਕਰਾਂਗੇ ਐਨ ਨਹੀਂ ਆਏਗਾ ਠੀਕ ਹੈ ਇਹ ਆਰਟੀਕਲਸ ਨਾਲ ਰਿਲੇਟਿਡ ਇੱਕ ਵੀਡੀਓ ਆਪਣੇ ਚੈਨਲ ਤੇ ਪਈ ਹੋਈ ਆ ਤੁਸੀਂ ਦੇਖ ਸਕਦੇ ਹੋ ਵਾਊਲ ਸਾਊਂਡਸ ਨਾਲ ਰਿਲੇਟਿਡ ਹੈਗੀ ਆ ਉਹ ਦੱਸਿਆ ਹੋਇਆ ਬਿਲਕੁਲ ਕਲੀਅਰ ਉਹ ਦੇਖ ਲਓ ਤੁਸੀਂ ਤੁਹਾਨੂੰ ਕਲੈਰਿਟੀ ਹੋ ਜਾਏਗੀ ਬੇਟਾ ਕਿ ਐਨ ਕਦੋਂ ਯੂਜ਼ ਕਰਦੇ ਆਪਾਂ ਏਕਦੋ ਯੂਜ਼ ਕਰਦੇ ਆ। ਉਸ ਤੋਂ ਬਾਅਦ ਐਨ ਸਰਕਲ ਦਾ ਕਰੈਕਟ ਆਪਸ਼ਨ ਇੱਥੇ ਸਰਕਲ ਕਰਨਾ ਹੈ ਆਪਾਂ ਨੇ। ਉਹ ਔਨ ਵਨ ਫਾਈਨ ਸੰਦੇ ਅਕਬਰ ਐਂਡ ਬਿਰਬਲ ਵਰ ਟੇਕਿੰਗ ਅ ਅ ਆ ਜਾਈ ਗਏ ਇੱਥੇ ਅ ਲੇਅਰਲੀ ਵਾਕ ਇਨ ਇੱਥੇ ਦਾ ਦਾ ਤੇ ਟਿਕ ਕਰੋਗੇ ਬੇਟਾ। ਦੈਨ ਪਲੇਸ ਗਾਰਡਨ ਸਨਨਲੀ ਅਕਬਰ ਥਾਟ ਆਫ ਟੈਸਟਿੰਗ ਬਿਰਬਲਸ ਵਿਟਸ ਬਾਏ ਆਸਕਿੰਗ ਹਿਮ ਅ ਕੁਐਸਚਨ। ਉਹ ਤੇ ਟਿਕ ਕਰਾਂਗੇ। a tricky question the emperor asked birbal how many crows are there in our kingdom akbar ne puchhya birbal nu ki apne raj vich kinne kaan han crows kinne han theek hai birbal replied within a few minutes kujh mintan de vich hi birbal ne uttar ditta ki uttar ditta my king mere raja they are 80000971 crows ye usne aapde kolu das ditta aive भी अठ हज हाँ एटी थाउजेंड अस्सी हज़ार नौ सौते सैवटी वन इकहत्तर कथे क्रोज इन आवर किंगडम साढ़े राज सो इतने अपना टिक करना पहले च। देखो ए ते क्लिक करना है फिर ए इतने आ गया आवर फिर अफ्यू माए दैन आवर ठीक है नैक्सट देखो ਅੰਡਰਲਾਈਨ ਦਾ ਐਰਰਸ ਇਨ ਈਚ ਸੈਂਟੈਂਸ ਰਾਈਟ ਦਾ ਕਰੈਕਟ ਸੈਂਟੈਂਸ ਇਨ ਦਾ ਸਪੇਸ ਪ੍ਰੋਵਾਈਡਡ ਤੇ ਮਿਸਟੇਕ ਦਿੱਤੀ ਹੋਈ ਹੈ ਇਧਰ ਵਾਲੇ ਸੈਂਟੈਂਸ ਦੇ ਵਿੱਚ ਇੱਕ ਇੱਕ ਤੇ ਉਸ ਨੂੰ ਕਰੈਕਟ ਕਰਕੇ ਆਪਾਂ ਸਹੀ ਸੈਂਟੈਂਸ ਅੱਗੇ ਲਿਖਣਾ ਹੈ ਇਧਰ ਇਸ ਸਾਈਡ ਤੇ ਹੀ ਵਾਸ ਦਾ ਗੁੱਡ ਵਾਰੀਅਰ ਹੀ ਵਾਸ ਅ ਗੁੱਡ ਵਾਰੀਅਰ ਇਹ ਆਲਰੇਡੀ ਠੀਕ ਕੀਤਾ ਹੋਇਆ ਡਿਡ ਯੂ ਹੀਅਰ ਮੱਚ ਇੱਥੇ ਮੱਚ ਹੈ ਮੱਚ ਦੀ ਥਾਂ ਤੇ ਤੁਸੀਂ ਕੀ ਲਿਖਣਾ ਬੇਟਾ ਐਨੀ ਲਿਖ ਕੇ ਦੁਬਾਰਾ ਸੈਂਟੈਂਸ ਨੂੰ ਲਿਖ ਦਾਂਗੇ ਠੀਕ ਹੈ ਰੀਰਾਈਟ ਕਰ ਦਾਂਗੇ ਦੈਨ देयर ਵਾਸ ਹਾਰਡਲੀ ਸਮ ਸਮ ਦੀ ਥਾਂ ਤੇ ਤੁਸੀਂ ਲਿਖੋਗੇ ਐਨੀ ਦੈਨ ਡੂ ਯੂ ਵਾਂਟ ਦਾ ਔਰੇਂਜ ਦਾ ਦੀ ਬਜਾਏ ਤੁਸੀਂ ਕੀ ਲਿਖੋਗੇ ਐਨ ਤੇ ਸ਼ੀ ਹੈਡ ਡਰੰਕ ਅ ਲਿਟਲ ਅ ਦੀ ਥਾਂ ਤੇ ਕੀ ਕਰਨਾ ਇੱਥੇ ਬੇਟਾ ਅ ਲਿਟਲ ਦੀ ਥਾਂ ਤੇ ਤੁਸੀਂ ਲਿਖੋਗੇ ਇੱਥੇ ਦਾ ਲਿਟਲ ਠੀਕ ਹੈ ਨੈਕਸਟ ਹੈ ਕੈਨ ਯੂ ਟ੍ਰਾਂਸਲੇਟ ਦਾ ਸੈਂਟੈਂਸ ਇਸ ਸੈਂਟੈਂਸ ਨੂੰ ਟ੍ਰਾਂਸਲੇਸ਼ਨ ਕਰਨੀ ਹੈ ਆਪਾਂ ਨੇ ਬੇਟਾ ਮਾਈ ਪੇਰੈਂਟਸ ਆਰ ਟੀਚਰਸ ਮੇਰੇ ਮਾਤਾ ਪਿਤਾ ਜੀ ਅਧਿਆਪਕ ਹਨ ਦੈਨ ਵੀ ਆਰ ਇੰਡੀਅਨਸ ਅਸੀਂ ਭਾਰਤ ਵਾਸੀ ਹਾਂ ਹਰ ਸਿਸਟਰ ਇਜ਼ ਵੈਰੀ ਵਾਈਜ਼ ਉਸ ਦੀ ਭੈਣ ਬਹੁਤ ਅਕਲਮੰਦ ਹੈ ਮੈਨੂੰ ਤੁਹਾਡੇ ਤੇ ਮਾਣ ਹੈ ਆਈ ਏਮ ਪ੍ਰਾਊਡ ਆਫ ਯੂ ਪਾਣੀ ਸਾਫ਼ ਹੈ ਵਾਟਰ ਇਜ਼ ਕਲੀਨ ਉਹ ਬਹੁਤ ਮਤਲਬੀ ਹੈ ਹੀ ਇਜ਼ ਵੈਰੀ ਸ਼ੈਲਫਿਸ਼ ਠੀਕ ਹੈ ਉਸ ਤੋਂ ਬਾਅਦ ਇਹ ਲਿਸਨਿੰਗ ਪ੍ਰੈਕਟਿਸ ਹੈ ਬੇਟਾ ਆਡੀਓ ਕਲਿੱਪ ਪੰਜਾਬ ਐਜੂਕੇਰ ਐਪ ਤੇ ਪਈਆਂ ਹੋਈਆਂ ਨੇ ਉੱਥੋਂ ਦੇਖ ਕੇ ਸੁਣ ਕੇ ਤੁਸੀਂ ਜੋ ਇਸ ਨੂੰ ਫਿਲ ਕਰਨਾ ਸੀ ਪਰ ਤੁਹਾਡੇ ਲਈ ਇੱਥੇ ਫਿਲ ਕਰ ਦਿੱਤਾ ਗਿਆ ਹੈ ਇੱਕ ਵਾਰ ਫੇਰ ਵੀ ਤੁਸੀਂ ਸੁਣ ਲਿਓ ਠੀਕ ਹੈ ਬੇਟਾ ਸ਼ੀ ਸ਼ੋਲਡਰਡ ਹਿਸ ਮਦਰ ਐਂਡ ਹੈਸ ਸੰਸ ਡਾਊਨ ਦਾ ਪਾਥ ਉਸਨੇ ਆਪਣੀ ਮਾਤਾ ਜੀ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਅਤੇ ਜਲਦੀ ਜਲਦੀ ਰਸਤੇ ਤੇ ਉਹ ਤੁਰਿਆ ਠੀਕ ਹੈ ਹੈਸਨ ਮਤਲਬ ਜਲਦੀ 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 ਹੈ ਜਲਦੀ ਕਰਨਾ ਸੋ ਵੇਅਰ ਵਾਸ देयर ਹਟ ਉਹਨਾਂ ਦੀ ਹਟ ਕਿੱਥੇ ਸੀ ਇਨ ਦਾ ਵੈਲੀ ਘਾਟੀ ਦੇ ਵਿੱਚ ਸੀਗੀ ਠੀਕ ਹੈ ਨੈਕਸਟ ਹੈ ਦਾ ਸਨ ਹਿਡ ਹਿਸ ਮਦਰ ਬਨੀਥ ਦਾ ਕਿਚਨ ਬੇਟੇ ਨੇ ਆਪਣੀ ਮਾਤਾ ਨੂੰ ਕਿਚਨ ਦੇ ਹੇਠਾਂ ਜੋ ਹੈ ਇੱਕ ਛੋਟਾ ਸੈੱਲ ਸੀਗਾ ਉਸ ਦੇ ਵਿੱਚ ਉਸ ਨੂੰ ਛੁਪਾਇਆ ਸੀ ਵਿਦ ਦਾ ਪੈਸੇਜ ਆਫ ਟਾਈਮ ਹੀ ਬਿਗਨ ਟੂ ਫੀਲ ਸੇਫ ਠੀਕ ਹੈ ਸਮੇਂ ਦੇ ਬੀਤਣ ਨਾਲ ਉਹ ਆਪਣੇ ਆਪ ਨੂੰ ਉਸ ਨੂੰ ਜਿਹੜਾ ਸੇਫ ਮਹਿਸੂਸ ਕਰਨਾ ਸ਼ੁਰੂ ਕਰਤਾ ਸੀ ਦ ਗਵਰਨਰ ਡਿਮਾਂਡਡ ਫਰਮ ਹਿਸ ਸਬਜੈਕਟਸ ਸਬਜੈਕਟਸ ਦਾ ਮਤਲਬ ਹੁੰਦਾ ਬੇਟਾ ਪਰਜਾ ਠੀਕ ਹੈ ਜੋ ਰਾਜਾ ਸੀਗਾ ਆਪਣੀ ਪਰਜਾ ਤੋਂ ਸਵਾਦ ਹੀ ਰੱਸੀ ਦੀ ਉਸਨੇ ਮੰਗ ਕੀਤੀ ਠੀਕ ਹੈ ਸਬਜੈਕਟਸ ਦਾ ਮਤਲਬ ਹੈ ਪਰਜਾ ਰਾਜੇ ਦੀ ਪਰਜਾ ਠੀਕ ਹੈ ਨੈਕਸਟ ਹੈ ਦੂਸਰੀ ਇਹ ਆਡੀਓ ਕਲਿੱਪ ਹੈ ਉਸ ਨੂੰ ਸੁਣ ਕੇ ਆਪਾਂ ਨੇ ਆਨਸਰ ਕਰਨੇ ਸੀ ਬੁੱਕਸ ਆਰ आवर नैवर फेलिंग फ्रेंड्स ठीक है दैन दे गाइड एंड वॉन आस अगेंस्ट वेरियस पिटफॉल्स दे आर अ स्टोर हाउस दैन वी कम टू नो थ्रू बुक्स वट आवर ग्रेट पोयट्स एंड लीडरस सैड दैन बुक्स लाइक फ्रेंड्स शुड बी फ्यू बट वेल चोजन ठीक है बेटा अगेगा सपोज यू आर इन समॉब्लम मान लो तुम किसी समस्या में फस गए हो with whom will you discuss your problem ਤੁਸੀਂ ਆਪਣੀ ਸਮੱਸਿਆ ਕਿਸ ਨਾਲ ਡਿਸਕਸ ਕਰੋਗੇ ਐਂਡ ਵਾਈ ਅ ਤੱਕ ਕਿਉਂ ਐਜ਼ ਆਨਸਰ ਹੈ ਤੁਸੀਂ ਆਪਣੇ ਵੱਲੋਂ ਬਿਟਾ ਇਸ ਲਿਖ ਸਕਦੇ ਹੋ ਆਨਸਰ ਜੋ ਜਿਵੇਂ ਤੁਹਾਨੂੰ ਲੱਗੇ ਪਰ ਫਿਰ ਵੀ ਇੱਥੇ ਇਹ ਫਿਲ ਕੀਤਾ ਗਿਆ ਹੈ ਆਈ ਵਿਲ ਡਿਸਕਸ ਮਾਈ ਪ੍ਰੋਬਲਮ ਵਿਦ ਮਾਈ ਪੇਰੈਂਟਸ ਬਿਕਾਜ਼ ਦੇ ਕੈਨ ਸੋਲਵ ਮਾਈ ਪ੍ਰੋਬਲਮ ਇਨ ਅ ਬੈਟਰ ਵੇ ਠੀਕ ਹੈ ਇਹ ਸੀਗਾ ਇਸ ਦਾ ਆਨਸਰ ਆਈ ਵਿਲ discuss my problem with my parents because they can solve my problem in a better way ਠੀਕ ਹੈ ਮੈਂ ਆਪਣੀ ਸਮੱਸਿਆ ਆਪਣੇ ਮੇਰੇ ਮਾਪਿਆਂ ਨਾਲ ਜੋ ਹੈ ਡਿਸਕਸ ਕਰਾਂਗਾ ਕਿਉਂਕਿ ਉਹ ਇਸ ਦਾ ਵਧੀਆ ਤਰੀਕੇ ਨਾਲ ਹੱਲ ਕਰ ਸਕਦੇ ਹਨ ਇਸ ਤੋਂ ਬਿਨਾ ਤੁਹਾਨੂੰ ਜਿਵੇਂ ਲੱਗੇ ਤੁਸੀਂ ਆਪਣਾ ਲਿਖ ਸਕਦੇ ਹੋ ਇੱਥੇ ਠੀਕ ਹੈ ਬੇਟਾ ਲੈਟਸ ਸਕ੍ਰੈਚ ਔਰ ਬ੍ਰੇਨ ਥੋੜਾ ਜਿਹਾ ਹੋ ਰਿਹਾ ਲਾਸਟ ਪੇਜ ਹੈਗਾ ਇਸ ਐਕਸਰਸਾਈਜ਼ ਦਾ ਸੋ ਵੀਡੀਓ ਜੇਕਰ ਲਾਇਕ ਨਹੀਂ ਕੀਤੀ ਬਈ ਬਟਾ ਲਾਇਕ ਕਰ ਦਿਓ ਕਮੈਂਟ ਜਰੂਰ ਕਰਨਾ ਵੀਡੀਓ ਤੇ ਤੇ ਨੈਕਸਟ ਵੀਡੀਓ ਬੜੀ ਜਲਦੀ ਅਪਲੋਡ ਹੋ ਜਾਏਗੀ ਮੈਂ ਜਲਦੀ ਜਲਦੀ ਤੁਹਾਡੀ ਸਾਰੀ ਵਰਕਬੁੱਕ ਕੰਪਲੀਟ ਆਪਾਂ ਕਰ ਰਹੇ ਹਾਂ ਸੋ ਕੰਪਲੀਟ ਦਾ ਵਰਡ ਇੱਥੇ ਬਲੈਂਕ ਛੱਡਿਆ ਹੋਇਆ ਸੀ ਕੰਪਲੀਟ ਕਰਨਾ ਸੀ ਵਰਡ ਹਿੰਟ ਦਿੱਤਾ ਹੋਇਆ ਆ ਪਰਸਨ ਹੂ ਐਕਸਪੈਕਟਸ एवरीवन ਟੂ ਓਬੇ ਕੋਈ ਅਜਿਹਾ ਵਿਅਕਤੀ ਜੋ ਇਹ ਚਾਹੁੰਦਾ ਕਿ ਕੋਈ ਵੀ ਉਸ ਦਾ ਕੋਈ ਵੀ ਇਸ ਦਾ ਆਰਡਰ ਹੈ ਉਸ ਨੂੰ ਸਾਰੇ ਉਸ ਦੀ ਪਾਲਣਾ ਕਰਨ ਉਸ ਨੂੰ ਕੀ ਕਿਹਾ ਜਾਂਦਾ ਹੈ ਅਜਿਹੇ ਵਿਅਕਤੀ ਨੂੰ ਆਪਾਂ ਕਹਿੰਦੇ ਹਾਂ ਡੈਸਪੋਟਿਕ ਠੀਕ ਹੈ ਗੈਸ ਦਾ ਪਿਕਚਰ ਐਂਡ ਕੰਪਲੀਟ ਦਾ ਸੈਂਟੈਂਸ ਆ ਪਿਕਚਰ ਦਿੱਤੀ ਹੋਈ ਹੈ ਸੈਂਟੈਂਸ ਕੰਪਲੀਟ ਕਰਨਾ ਸੀ ਹੀ ਇਜ਼ ਅ ਕਿਸ ਦੀ ਪਿਕਚਰ ਹੈ ਫਾਰਮਰ ਦੀ ਹੈ ਹੀ ਇਜ਼ ਅ ਫਾਰਮਰ ਠੀਕ ਹੈ ਹੀ ਵਰਕਸ ਇਨ ਫੀਲਡ ਉਹ ਖੇਤਾਂ ਵਿੱਚ ਕੰਮ ਕਰਦਾ ਹੈ ਥੈਨ ਵਰਡਸ ਇਨ ਅ ਵਰਡ ਇੱਕ ਵਰਡ ਦਿੱਤਾ ਗਿਆ ਇੱਥੇ ਬਟਾ ਨੋਲੇਜ ਇਸੇ ਵਰਡ ਦੇ ਵਿੱਚੋਂ ਆਪਾਂ ਨੇ ਵਰਡਸ ਲਿਖਣੇ ਨੇ ਇੱਥੋਂ ਠੀਕ ਹੈ ਸੋ ਪਹਿਲਾ ਵਰਡ ਆਪਾਂ ਲਿਖ ਲਾਂਗੇ ਨੋ ਕੇ ਐਨ ਓ ਡਬਲ ਇੱਥੋਂ ਤੱਕ ਲਿਖ ਲਿਆ ਕੇ ਐਨ ਓ ਡਬਲ ਦੂਸਰਾ ਹੋ ਗਿਆ ਕੇ ਛੱਡ ਦੋ ਐਨ ਓ ਡਬਲ ਨਾਓ ਬਣ ਗਿਆ ਠੀਕ ਹੈ ਨੈਕਸਟ ਦੇ ਵਿੱਚ ਆਉਲ ਕੀ ਕੇ ਐਨਓ ਕੇ ਐਨ ਛੱਡ ਦੋ ਪੀ ਡਬਲਯੂ ਐਲ ਲੈ ਲਓ ਕੀ ਬਣ ਜੇਗਾ ਆਉਲ ਉਸ ਤੋਂ ਬਾਅਦ ਐਲ ਤੱਕ ਛੱਡ ਦੋ ਲਾਸਟ ਕੀ ਬਚ ਗਿਆ ਈ ਡੀ ਜੀ ਈ ਐਜ ਇਹ ਬਣ ਗਏ ਵਰਡਸ ਠੀਕ ਹੈ ਇਹਨਾਂ ਨੂੰ ਅੱਗੇ ਪਿੱਛੇ ਕਰਕੇ ਹੋਰ ਵੀ ਵਰਡਸ ਬਣਾਏ ਜਾ ਸਕਦੇ ਨੇ ਜਿਵੇਂ ਐਨਓ ਨੋ ਹੈ ਠੀਕ ਹੈ ਇਹ ਅਲੱਗ ਅਲੱਗ ਹੋਰ ਵੀ ਵਰਡ ਬਣ ਸਕਦੇ ਨੇ ਐਲ ਈ ਜੀ ਲੈਗ ਹੋ ਗਿਆ ਜਿਵੇਂ ਠੀਕ ਹੈ ਸੋ ਪਰ ਇੱਥੇ ਜੋ ਹੈ ਸਪੇਸ ਜੋ ਹੈ 4 ਵਰਡਸ ਲਈ ਸੀ ਆਪਾਂ 4 ਵਰਡਸ ਇੱਥੇ ਲਿਖ ਦਿੱਤੇ ਨੇ ਨੈਕਸਟ ਦੇਖੋ ਵਨੀਤ ਇਸ ਦਾ ਫਾਦਰ ਆਫ ਸੇਖਰਸ ਫਾਦਰ ਵਨੀਤ ਜੋ ਹੈ ਸੇਖਰ ਦੇ ਪਿਤਾ ਦਾ ਪਿਤਾ ਹੈ ਸੋ ਵਨੀਤ ਇਸ ਦਾ ਕੀ ਆ ਕੀ ਲੱਗਦਾ ਸੇਖਰ ਦਾ ਗ੍ਰੈਂਡ ਫਾਦਰ ਹੋ ਗਿਆ ਬੇਟਾ ਠੀਕ ਹੈ ਨੈਕਸਟ ਦੇਖੋ ਅਰੇਂਜ ਦਾ ਜੰਬਲਡ ਲੈਟਰਸ ਟੂ ਫਾਰਮ ਅ ਮੀਨਿੰਗਫੁਲ ਵਰਡ ਇਹ ਜੋ ਹੈ ਜੰਬਲਡ ਲੈਟਰਸ ਸੀਗੇ ਅੱਗੇ ਪਿੱਛੇ ਕਰਕੇ ਨਾ ਲੈਟਰਸ ਦਿੱਤੇ ਹੋਏ ਨੇ ਇਹਨਾਂ ਤੋਂ ਇੱਕ ਵਰਡ ਬਣਾਉਣਾ ਸੀ ਇਹਨਾਂ ਤੋਂ ਵਰਡ ਬਣ ਜੇਗਾ ਬੇਟਾ ਬਾਰਬਰਸ ਨੈਕਸਟ ਹੈ ਕੰਪਲੀਟ ਦਾ ਸੈਂਟੈਂਸ ਯੂজিং ਅ ਸੂਟੇਬਲ ਪ੍ਰੋਨਾਉਨ ਹੀ ਹੈਲਪਡ ਇੱਥੇ ਹਿਮ ਕਰੋਗੇ ਤੁਸੀਂ ਠੀਕ ਹੈ ਹਿਮ ਤੇ ਇੱਥੇ ਕਰਨਾ ਸੀ नैक्सट है पंक्चुएट ए पंक्चुएट करना संटेंस देयर लिवड अ पूअर फार्मर पंकुएट किए करना इसका टी कैपिटल हो जाएगा बेटा ठीक है देयर द टी कैपिटल बाकी सेम है लिवड अ पूअर फार्मर फार्मर त एंड देखिए जो है क्वेश्चन मार्क लगा दोगे ठीक है बाक टी कैपिटल करके बाकी सारे लैटर समोल समॉल होंडल स्टॉप लग जाएगा नैक्सट है देखो इफ अ वावल गिवज द व साउंड ऑफ डबल्यू जेकर कोई वावल डबल्यू द साउंड है डबल्यू दीक है द डिटरमीनर अज यूज बिफोर इट ਇਹ ਟਰੂ ਹੈ ਠੀਕ ਹੈ ਜੇਕਰ ਕੋਈ ਵਾਉਲ ਹੈ ਸਾਉਂਡ ਵਰ ਇਨ ਦਾ ਵਰ ਤਾਂ ਆਪਾਂ ਜੋ ਐਡੀਟਰਮਨਰ ਏ ਵਰਤਦੇ ਹਾਂ ਨਾ ਕਿ ਐਨ ਠੀਕ ਹੈ ਸੋ ਇਸ ਕਰਕੇ ਇਹ ਟਰੂ ਹੈ ਸੈਂਟੈਂਸ ਨੈਕਸਟ ਹੈ ਇੱਥੇ ਤੁਸੀਂ ਫਿਲ ਕਰੋਗੇ ਦਾ ਦਾ ਹਾਇਰ ਵੀ ਗੋ ਜਿੰਨਾ ਆਪਾਂ ਉੱਪਰ ਜਾਂਦੇ ਹਾਂ ਦਾ ਕੁਲਰ ਇਟ ਗੈਟਸ ਉਨੀ ਜ਼ਿਆਦਾ ਠੰਡਕ ਹੁੰਦੀ ਜਾਂਦੀ ਹੈ ਸੋ ਇਹ ਵਾਲਾ ਆਪਸ਼ਨ ਕਰੈਕਟ ਹੈ ਦਾ ਦਾ ਦੋਨਾਂ ਚ ਫੀਲ ਕਰਨਾ ਹੈ देन ਥਿਸ ਇਥੇ ਦੀਸ ਹੈਗਾ this book is mine ਇੱਕ ਕਿਤਾਬ ਮੇਰੀ ਹੈ ਐਂਡ that is your ਅਤੇ ਉਹ ਤੁਹਾਡੀ ਹੈ ਸੋ ਇਸ ਦੇ ਵਿੱਚ ਏ ਆਪਸ਼ਨ ਕਲਿੱਕ ਕਰਨਾ ਹੈ this ਅਤੇ that ਵਾਲਾ ਠੀਕ ਹੈ ਬੇਟਾ ਇੱਥੇ ਤੁਹਾਡੀ ਇਹ ਵਰਕਸ਼ੀਟ ਤੀਜੀ ਜੋ ਕੰਪਲੀਟ ਹੋ ਜਾਂਦੀ ਹੈ ਸੋ ਵੀਡੀਓ ਨੂੰ ਲਾਈਕ ਕਰ ਦਿਓ ਬਾਕੀ ਵੀ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਸਟੂਡੈਂਟਸ ਇਸ ਦਾ ਲਾਭ ਲੈ ਸਕਣ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਜਲਦੀ ਜਲਦੀ ਤੁਹਾਡੀ ਸਾਰੀ ਜਿਹੜੀ ਵਰਕਬੁੱਕ ਜੋ ਹੈ ਬੇਟਾ ਸੋਲਵ ਕੀਤੀ ਜਾ ਰਹੀ ਹੈ ਸਾਰਾ ਸਿਲੇਬਸ ਤੁਹਾਨੂੰ ਇਸ ਚੈਨਲ ਤੇ ਕਰਵਾਇਆ ਜਾਏਗਾ ਸੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਠੀਕ ਹੈ ਬੇਟਾ ਥੈਂਕ ਯੂ ਵੈਰੀ ਮੱਚ ਬਾਏ ਬਾਏ